ਸਤ ਸ੍ਰੀ ਅਕਾਲ ਜੀ ਸਵਾਗਤ ਹੈ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਦੋਸਤੋ ਅੱਜ ਹੀ ਪੰਜਾਬ ਗਵਰਨਮੈਂਟ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਨੋਟਿਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਕਿਹਾ ਕਿ ਦਾ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦਾ ਕੰਸੀਕੁਐਂਸਲੀ ਟੂ ਡਿਸਾਲਵਸ ਦਾ ਅਸੈਟ ਬੋਰਡ ਵਿਦ ਇਮੀਡੀਏਟ ਇਫੈਕਟ ਮਤਲਬ ਕਿ ਜਿਹੜੇ ਬੋਰਡ ਦੇ ਮੈਂਬਰਸ ਨੇ ਉਹਨਾਂ ਨੂੰ ਇੱਕ ਵਾਰ ਡਿਸਾਲਵ ਕੀਤਾ ਜਾਂਦਾ મતલਬ ਕਿ ਬੋਰਡ ਇੱਕ ਵਾਰ ਭੰਗ ਕੀਤਾ ਜਾ ਰਿਹਾ ਪੰਜਾਬ ਦੁਬਾਰਾ ਪੰਜਾਬ ਗਵਰਨਮੈਂਟ ਵੱਲੋਂ ਦੁਬਾਰਾ ਜਿਹੜੇ ਇੱਥੇ ਆਫੀਸਰਸ ਹਾਇਰ ਕੀਤੇ ਜਾਣਗੇ ਜਿਹੜੇ ਗਵਰਨਮੈਂਟ ਦੇ ਅੰਡਰ ਕੰਮ ਕਰਨਗੇ ਕਿਉਂਕਿ ਜਿਹੜੇ ਪੁਰਾਣੇ ਨੇ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਭਰਤੀਆਂ ਦੇ ਵਿੱਚ ਇਫੈਕਟ ਪਾ ਸਕਦੇ ਸੀ ਸੋ ਦੋਸਤੋ ਹੁਣ ਤੁਸੀਂ ਕਈ ਯੂਟਿਊਬਰ ਕਹਿੰਣਗੇ ਕਿ ਹਾਂਜੀ ਪੀਐਸਬੀ ਬੋਰਡ ਹੋਇਆ ਭੰਗ ਭਰਤੀਆਂ ਹੋਈਆਂ ਕੈਨਸਲ ਫਲਾਣਾ ਟਮਕਾਣਾ ਕਲਰਕ ਦੀ ਭਰਤੀ ਰਾਤ ਵਗੈਰਾ ਵਗੈਰਾ ਸੋ ਦੋਸਤੋ ਜਿਹੜੀਆਂ ਭਰਤੀਆਂ ਨੇ ਉਹ ਉਵੇਂ ਹੀ ਚੱਲਣਗੀਆਂ ਪਰ ਹਾਂ ਇਹ ਥੋੜੇ ਸਮੇ ਲਈ ਮਲਤਵੀ ਹੋ ਸਕਦੀਆਂ ਨੇ ਕਿਉਂਕਿ ਜਦ ਤੱਕ ਇਹ ਬੋਰਡ ਦੇ ਸਾਰੇ ਮੈਂਬਰਸ ਦੁਆਰਾ ਨਹੀਂ ਆ ਜਾਂਦੇ ਆਪਣੇ ਆਪਣੇ ਅਹੁਦੇ ਤੇ ਜਾਂ ਉਹਨਾਂ ਦੇ ਅਹੁਦੇ ਤੇ ਕੋਈ ਹੋਰ ਨਹੀਂ ਆ ਜਾਂਦਾ ਉਦ ਤੱਕ ਇਹ ਭਰਤੀਆਂ ਰੁਕੀਆਂ ਰਹਿਣਗੀਆਂ ਸੋ ਦੋਸਤੋ ਜਿਹੜੀ ਭਰਤੀਆਂ ਆਉਣ ਵਾਲੀਆਂ ਨੇ ਜਿਨ੍ਹਾਂ ਦੇ ਇਗਜ਼ਾਮ ਹੋਣੇ ਨੇ ਉਹ ਵੀ ਹੋਣਗੇ ਸੋ ਤੁਸੀਂ ਤਿਆਰੀ ਜ਼ਰੂਰ ਕਰਿਆ ਜੀ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਇਦਾਂ ਦੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਧੰਨਵਾਦ ਜੀ